ਜਨਾਬ ਅੱਜ ਜਨਾਬ ਅਸੀਂ ਵਿਜ਼ਿਟ ਕਰ ਰਹੇ ਹਾਂ ਜੀ ਤੁਹਾਡੀ ਫਰਮਾਇਸ਼ ਦੇ ਉੱਤੇ, ਤੁਹਾਡੀ ਮੁਹੱਬਤ ਦੇ ਪੇਸ਼ ਨਜ਼ਰ ਜਨਾਬ ਤਾਂਦਲਾ ਮੰਡੀ। ਅਤੇ ਜਨਾਬ ਤਾਂਦਲਾ ਮੰਡੀ ਦੇ ਬਾਰੇ 'ਚ ਤੁਹਾਨੂੰ ਹਿਸਟਰੀ ਦੱਸ ਦਿਆਂ ਕਿ ਤਾਂਦਲਾ ਮੰਡੀ ਪਾਕਿਸਤਾਨ ਦੀ ਸਭ ਨਾਲੋਂ ਮਸ਼ਹੂਰ ਮੰਡੀ ਹੈ ਔਰ ਸਭ ਨਾਲੋਂ ਪੁਰਾਣੀ ਮੰਡੀ ਹੈ, ਜਿੱਥੇ ਕਿ ਜਾਨਵਰ ਬੜੇ ਅੱਛੇ ਔਰ ਸਸਤੇ ਔਰ ਗੁਜਰਾਂ ਵਾਲੀ ਮੰਡੀ ਤੋਂ ਵੀ ਸਸਤੇ ਜਾਨਵਰ ਜਨਾਬ ਇੱਥੇ ਮਿਲਦੇ ਜੇ। ਅਤੇ ਚਲੋ ਜਨਾਬ ਸ਼ੁਰੂ ਕਰਦੇ ਹਾਂ ਅਤੇ ਜਾਨਵਰ ਇਨਸ਼ਾਅੱਲਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਅੱਜ ਦੇ ਰੇਟ ਦੇ ਵਿੱਚ ਇੱਥੇ ਜਾਨਵਰ ਕਿਹੜੇ ਕਿਹੜੇ ਆਏ ਨੇ ਅਤੇ ਉਹਨਾਂ ਦੀਆਂ ਕੀਮਤਾਂ ਕੀ ਹੈਗੀਆਂ ਨੇ। ਲੋਕ ਮੋਬਾਇਲ ਮੂਬਾਈਲ ਦੇ ਫਿਰਦੇ ਨੇ, ਕਾਲ ਕਰੂੰਗਾ। ਲਓ ਜਨਾਬ ਇਹ ਮਾਸ਼ਾਅੱਲਾ ਤੁਸੀਂ ਬਛੇਰਾ ਵੇਖੋ, ਫਿਰ ਇਹ ਵੇਖੋ ਅਤੇ ਫਿਰ ਇਹ ਵੇਖੋ। ਲਓ ਜਨਾਬ ਅਸੀਂ ਇਸੇ ਵੀਡੀਓ ਦੇ ਵਿੱਚ ਜਨਾਬ ਤੁਹਾਨੂੰ ਅਸੀਂ ਸਾਰੇ ਇਹ ਜਾਨਵਰ ਤੁਹਾਨੂੰ ਦਿਖਾਵਾਂਗੇ, ਇਹਨਾਂ ਦੀਆਂ ਕੀਮਤਾਂ ਕੁਮਤਾਂ ਮਾਸ਼ਾਅੱਲਾ ਤੁਹਾਨੂੰ ਦੱਸਾਂਗੇ। ਅਤੇ ਮਾਸ਼ਾਅੱਲਾ ਕੀ ਹੋ ਗਿਆ, ਕੁਛ ਨਹੀਂ ਹੁੰਦਾ। ਹਾਂ ਲਓ ਜਨਾਬ ਇਹ ਆ ਗਿਆ ਜੇ ਬੰਦਾ, ਇਹ ਜਾਨਵਰਾਂ ਦਾ ਮਾਲਕ ਆ ਗਿਆ ਜੇ ਜਨਾਬ, ਇਹਦੇ ਨਾਲ ਗੱਲਬਾਤ ਵੀ ਕਰਾਂਗੇ ਔਰ ਤੁਹਾਨੂੰ ਇਨਸ਼ਾਅੱਲਾ ਤਾਲਾ ਇਹਦੇ ਵਿੱਚ ਜਨਾਬ ਇਹ ਚਾਰੇ ਜਾਨਵਰਾਂ ਦੀਆਂ ਚਾਰੇ ਜਿਹੜੇ ਇਹ ਬੱਚੇ ਹੈਗੇ ਨੇ ਇਹਨਾਂ ਦੀ ਵੀਡੀਓ ਦੀ ਬਿਸਮਿਲ੍ਲਾ ਬਿਸਮਿਲ੍ਲਾ। ਲਓ ਜਨਾਬ ਚਾਰੇ ਜਿਹੜੇ ਜਾਨਵਰ ਇਹਨਾਂ ਦੀਆਂ ਕੀਮਤਾਂ ਹੁਕੂਮਤਾਂ ਦੱਸਾਂਗੇ। ਆਹ ਜਿਹੜੀ ਘੋੜੀ ਖਲੋਤੀ ਹੋਈ ਹੈ, ਘੋੜੀ ਦੀ ਕੀਮਤ ਵੀ ਦੱਸਾਂਗੇ ਅਤੇ ਜਨਾਬ ਇਹਦੀ ਵੀ ਕੀਮਤ ਦੱਸਾਂਗੇ। ਲਓ ਜੀ ਹੁਣ ਫਾਰਗ ਹੋ ਗਿਆ, ਇਹਦੇ ਕਿੰਨੇ ਪੈਸੇ ਨੇ, ਇੱਧਰ ਆ ਜਾ, ਕਿੰਨੇ ਪੈਸੇ ਨੇ ਇਹਦਾ ਅਤੇ ਲੱਖ ਰੁਪਈਆ ਅਤੇ ਉਮਰ ਕਿੰਨੀ ਹੈ? ਇੱਧਰ ਆ ਜਾ, ਕਿੰਨੇ ਪੈਸੇ? ਇੱਕ ਲੱਖ ਵੀਹ। ਅਤੇ ਕੀ ਉਮਰ ਕਿੰਨੀ? ਅਤੇ ਉਹ ਪਰਲੀ ਬਛੇਰੀ, ਬਛੇਰਾ ਬਛੇਰੀ ਪੰਜਾਂ ਸੱਤ ਅਤੇ ਪੈਸੇ ਹੁੰਦੇ ਕਿਨੇ? ਅਤੇ ਉਹ ਘੋੜੀ ਪਰਲੇ ਦੁਆਕੇ? ਪੰਜ ਸਾਲ ਲੱਗੇ, ਲੱਗੀ ਲੁੱਗੀ ਹੈ ਚੜ੍ਹਾਈ ਵਾਲੀ ਘੋੜੀ? ਚੜ੍ਹਾਈ ਆ ਰਹੀ। ਨੰਬਰ ਦੱਸ ਆਪਦਾ। 0-300-3-69-103 ਜਾਨਵਰਾਂ ਦੀਆਂ ਦੱਸ ਦਿੱਤੀਆਂ ਜਨਾਬ, ਓਨਰ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਾ ਦਿੱਤੀ ਹੈ ਜਨਾਬ। ਅਤੇ ਮਾਸ਼ਾਅੱਲਾ ਤਾਲਾ ਅਗਰ ਤੁਸੀਂ ਜਾਨਵਰ ਲੈਣਾ ਹੋਵੇ ਤਾਂ ਤੁਸੀਂ ਤਾਂਦਲਾ ਮੰਡੀ ਦਾ ਵਿਜ਼ਿਟ ਕਰ ਸਕਦੇ ਜੇ। ਅਤੇ ਮਾਸ਼ਾਅੱਲਾ ਤਾਲਾ ਆ ਮੈਂ ਬਣਾਉਣਾ ਲੈਟਰੀਨ। ਅਤੇ ਲਓ ਜਨਾਬ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ। ਇਜਾਜ਼ਤ ਚਾਹੁੰਦੇ ਜੀ, ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ। ਅੱਲਾ ਹਾਫਿਜ਼। ਉਹਦੇ ਵਾਸਤੇ ਲੈਣੀ ਵਾਲੀ